डिफेंस कॉलोनी फेज 3 में बिना मंजूरी के किए जा रहे कमर्शियल निर्माण के खिलाफ नगर निगम ने कड़ा कदम उठाए हैं। निगम के बिल्डिंग विभाग के एटीपी सुखदेव वशिष्ठ के नेतृत्व में कार्रवाई करते हुए एक रिहायशी नक्शे के आधार पर किए जा रहे कमर्शियल निर्माण को सील किया गया है। निर्माण स्थल पर 16 दुकानों का निर्माण हो रहा था जिसे निगम ने सील कर दिया। तो वहीं एटीपी सुखदेव वशिष्ठ ने बताया कि निगम कमिश्नर गौतम जैन के देशों पर इस अवैध निर्माण को रोका गया। निर्माण को तारे लगाकर सील किया गया क्योंकि वहां कोई दरवाजा नहीं था। उन्होंने बताया कि ये कार्रवाई निगम कमिश्नर के आदेशानुसार की गई है ताकि अवैध निर्माणों पर रोक लगाई जा सके और शहर में नियमों का पालन सुनिश्चित किया जा सके। जालंधर से हलचल के लिए कैमरामैन रजनीश शर्मा की रिपोर्ट। न्यू डिफेंस कॉलोनी फेज 3 ਦੇ ਵਿੱਚ ਇੱਕ ਰਿਹਾਇਸ਼ੀ ਨਕਸ਼ਾ ਪਾਸ ਹੋਇਆ ਸੀ। ਉਹਨਾਂ ਨੇ ਕੁਝ ਕਨਵਰਟ ਕਰ ਰਹੇ ਸੀ। ਗਰਾਊਂਡ ਫਲੋਰ ਤੇ ਸਲੈਬ ਪੂਰੇ ਏਰੀਏ ਵਿੱਚ 100% ਕਵਰੇਜ ਕਰਕੇ ਕਰ ਲਈ ਸੀ ਤੇ ਪਹਿਲੀ ਮੰਜ਼ਿਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਇਦਾਂ ਲੱਗਦਾ ਜਿੱਦਾਂ ਦੁਕਾਨਾਂ ਬਣਾ ਰਹੇ ਹੋ। ਥੱਲੇ ਵੀ ਉਹਨਾਂ ਨੇ ਨੀਂਹ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾਂ ਦੀ ਵੀ ਰੂਪ ਦੇ ਰਹੇ ਸੀ। ਇਸ ਤਰੀਕੇ 8 ਥੱਲੇ ਤੇ 8 ਉੱਪਰ ਇਸ ਤਰੀਕੇ ਨਾਲ ਲੱਗਦਾ ਸੀ। ਇਸ ਤੋਂ ਇਲਾਵਾ ਹਾਊਸਲਾਈਨ ਵਗੈਰਾ ਦਾ ਸਾਰਾ ਕਰਾਇਆ ਸੀਗੀ ਹੀ ਉਹਨਾਂ ਦੀ ਤੇ ਰਿਹਾਇਸ਼ੀ ਨਕਸ਼ਾ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਸੀ ਪਰ ਇਹਨਾਂ ਨੇ 100% ਗਰਾਊਂਡ ਤੇ ਵੀ ਫਸਟ ਫਲੋਰ ਤੇ ਵੀ ਕਵਰ ਕਰ ਲਈ ਸੀ। ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇੰਸਪੈਕਟਰ ਸੀ ਅਜੇ ਜੀ ਉਹਨਾਂ ਨੇ ਨੋਟਿਸ ਵਗੈਰਾ ਕੱਟੇ ਹੋਏ ਸੀ ਪਰ ਕੰਮ ਬੰਦ ਨਹੀਂ ਹੋ ਰਿਹਾ ਸੀ ਸਾਡੇ ਕੋਲ ਏਰੀਆ ਆਉਣ ਤੋਂ ਬਾਅਦ। ਫਿਰ ਤੁਸੀਂ ਸਾਹਿਬ ਦੇ ਧਿਆਨ ਵਿੱਚ ਆਇਆ ਸੀ ਅਤੇ ਰਿਪੋਰਟ ਵਗੈਰਾ ਸਬਮਿਟ ਹੋਈ ਸੀ ਅਤੇ ਮਾਨ ਜੋ ਕਵਿੰਦਰ ਸਾਹਿਬ ਦੇ ਹੁਕਮ ਹੋਈ ਸੀ ਇਹਨੂੰ ਅਪੀਲ ਕਰਨ ਦੇ ਅਤੇ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੰਡੇ ਵਾਲੀ ਤਾਰ ਲਾ ਕੇ ਸੀ ਉਹਨੂੰ ਮੌਕੇ 'ਤੇ ਉਹਨੇ ਜਿਹੜੀ ਓਪਨਿੰਗ ਸੀ ਉਹਨੂੰ ਸੀਲ ਕਰਕੇ ਅਤੇ ਉੱਥੇ ਲਾ ਦਿੱਤੀ। ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਵਗੈਰਾ?